सारे तो पहला वाहगुरु जी का खालसा वाहगुरु जी की फतेह। मैं कहना चाहुंदा कि जिहड़े किसान अंदोलन दे विच शहीद होए ने, सारे तो पहला तो मैं उन्होंने संधांजलि देना चाहुंदा ते एक अपील करनी चाहुंदा मैं सरकार नूं कि पहला तो अपना जिहड़ा इह किसान मारू बिल लागू किया इहनूं वापस लैण, नहीं तो जिहड़े भी परिवार इन्हां दे शहीद होए नेगे किसानां दे उन्हां दे परिवार नूं 50-50 लख रुपए मुआवजा दिता जाए ते नाल ही एक एक परिवार को नौकरी दी जाए। तो बाकी मैं ये कहना चाहना कि ये जो मोदी है ये मोदी नहीं ये बोदी है, ये बोदी सरकार है, ये मोदी सरकार नहीं ये बोदी सरकार आ जिहड़ी कि साडे किसानां नूं बोदी कर रही है ते साडे गरीब परिवारां नूं बोदी कर रही है, ये सब तो घटिया सरकार है जी। तो मैं ये बारे कहना चाहना कि जिन्ना चिर तक ये बिल जिहड़ा किसान मारू नहीं वापस लैणगे उन्ना चिर तक साडे सारे एसी परिवारों वालों तो सारे मेरी जिहड़ी पार्टी है जिन्हें भी असी किसान अंदोलन दे विच असी सारे शामिल होवांगे। सो मैं मेरे छोटे वीर हरचरण सिंह जी तो दड़वा बिंदर सिंह जी प्रधान तो बाबा जी अपना ये भी साडे नाल नेगे सारे जिहड़ी समुची टीम है 37 ठेकेदार बाकी जिन्हें भी प्रभु जी तो प्रधान जी एक इन्हां दी शहीदां दी याद नूं ताज़ा रखण दे ਲਈ ਇੱਕ ਅਖੰਡ ਪਾਠ ਸਾਹਿਬ ਆਰੰਭ ਕਰਾਉਣਾ ਜੋ ਕਿ 15-16-17 ਤਰੀਕ ਨੂੰ ਹੈ। 17 ਤਰੀਕ ਨੂੰ ਭੋਗ ਪਾਏ ਜਾਣਗੇ ਅਤੇ ਨਾਲ ਹੀ ਮੋਦੀ ਜੀ ਦਾ ਜਿਹੜਾ ਪੁਤਲਾ ਉਹ ਵੀ ਫੂਕਿਆ ਜਾਊਗਾ ਜੰਗੀ ਤੌਰ 'ਤੇ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਕਿਸਾਨ ਕੀ ਚੀਜ਼ ਨੇ, ਗਰੀਬ ਕੀ ਚੀਜ਼ ਹੈ, ਇਹਨਾਂ ਦੇ ਦਿਲ 'ਚ ਹਮਦਰਦੀ ਆਵੇ ਗਰੀਬ ਲਈ। ਕਿਉਂਕਿ ਮੋਦੀ ਨੇ ਸਾਡੇ ਐਸੀ ਪਰਿਵਾਰਾਂ ਦਾ ਸਾਰਾ ਕੁਛ ਖਾ ਗਿਆ, ਸਾਡੇ ਫੰਡ ਖਾ ਗਏ, ਸਾਡੇ ਗਰੀਬਾਂ ਦੇ ਜਿਹੜੇ ਸਾਡੇ ਗਰੀਬ ਪਰਿਵਾਰਾਂ ਨੂੰ ਵਜ਼ੀਫਾ ਮਿਲਦਾ ਸੀ ਸਾਡੇ ਬੱਚਿਆਂ ਨੂੰ ਉਹ ਵੀ ਖਾ ਗਏ, ਜਿਹੜਾ ਸਾਡੇ ਗਰੀਬ ਪਰਿਵਾਰਾਂ ਦੇ ਆਟਾ ਦਾਲ ਸਕੀਮ ਵਾਲੇ ਰਾਸ਼ਨ ਕਾਰਡ ਸੀ ਉਹ ਵੀ ਇਹਨਾਂ ਨੇ ਰੱਦ ਕਰਨੇ ਸ਼ੁਰੂ ਕਰਤੇ, ਟੀਮਾਂ ਬਿਠਾਤੀਆਂ ਤਾਂ ਕਿ ਜਿਹੜੇ ਸਰਕਾਰ ਹੈ ਇਹ ਸਰਕਾਰ ਆਪਣੀ ਮਨਮਰਜ਼ੀ ਚਲਾਵੇ, ਐਸੀਆਂ ਟੀਮਾਂ ਬਿਠਾਈਆਂ ਜੋ ਗਰੀਬ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਤਕਲੀਫ ਦੇ ਰਹੀਆਂ ਨੇ, ਕਿਸੇ ਤੋਂ ਕੁਛ ਮੰਗਦੀਆਂ ਨੇ। ਅੱਜ ਇੱਕ ਸਾਨੂੰ ਆਪਣੀ ਕਾਸਟ ਪ੍ਰੂਫ ਕਰਨ ਲਈ 250 ਰੁਪਈਆ ਜੁਰਮਾਨਾ ਦੇਣਾ ਪੈਂਦਾ, ਉਹ ਜੁਰਮਾਨਾ ਜੋ ਅਸੀਂ ਇੱਕ ਆਪਣੀ ਕਾਸਟ ਨੂੰ ਦੱਸਣ ਵਾਸਤੇ ਸਾਨੂੰ ਸੁਵਿਧਾ ਸੈਂਟਰ ਜਾ ਕੇ 200-250 ਰੁਪਏ ਦੀ ਰਸੀਦ ਕਟਾਉਣੀ ਪੈਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਸਾਡੇ ਲਈ ਮੁੱਦੇ ਖੜ੍ਹੇ ਕੀਤੇ ਹੋਏ ਨੇਗੇ, ਜਿਹੜੇ ਸਾਡੇ ਗਰੀਬ ਪਰਿਵਾਰਾਂ ਨੂੰ ਜੋ ਕੀਤੇ ਹੋਏ ਨੇਗੇ, ਮੈਂ ਕਹਿੰਦਾ ਇਹ ਸਰਕਾਰਾਂ ਜਿਹੜੀਆਂ ਘਟੀਆਂ ਸਰਕਾਰਾਂ ਨੇ। ਸਾਡੀ ਮੇਰੀ ਕੱਲ੍ਹ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ ਗੱਲਬਾਤ ਹੋਈ ਸੀਗੀ ਜੋ ਮੈਂਬਰ ਆਫ ਪਾਰਲੀਮੈਂਟ ਨੇਗੇ, ਬਹੁਤ ਵਧੀਆ ਉਹਨਾਂ ਨੇ ਸਹਿਯੋਗ ਦਿੱਤਾ। ਤਾਂ ਅਸੀਂ ਸਾਰੇ ਪਰਿਵਾਰਾਂ ਵੱਲੋਂ ਅਸੀਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਨਵਾਂ ਸਾਲ ਉਸ ਦਿਨ ਹੀ ਮੁਬਾਰਕ ਹੋਊਗਾ ਜਿਸ ਦਿਨ ਇਹ ਕਿਸਾਨ ਅੰਦੋਲਨ ਆ ਜਿਹੜਾ ਇਹ ਖਤਮ ਹੋਊਗਾ ਅਤੇ ਜਿਹੜਾ ਲੋਕ ਮਾਰੂ ਬਿੱਲ ਇਹਨਾਂ ਨੇ ਲਾਗੂ ਕੀਤਾ ਕਿਸਾਨ ਮਾਰੂ ਉਹਨੂੰ ਵਾਪਸ ਲੈਣਗੇ। ਉਸੇ ਦਿਨ ਅਸੀਂ ਜਸ਼ਨ ਨਾਲ ਦੜਬਾ ਹਲਕੇ ਦੇ ਵਿੱਚ ਮੇਰੇ ਭਰਾ ਹਰਚਰਨ ਸਿੰਘ ਜੀ ਦੜਬਾ ਅਤੇ ਬਿੰਦਰ ਸਿੰਘ ਜੀ ਅਤੇ ਸਾਰੇ ਆਪਣੀ ਸਮੁੱਚੀ ਟੀਮ ਹੈ ਜਿਹੜੀ ਸੱਤੀ ਜੀ ਬਾਕੀ ਹੋਰ ਵੀ ਮੇਰੇ ਪਤਵੰਤੇ ਸੱਜਣ ਜਿਹੜੇ ਸਾਡੇ ਨਾਲ ਆਏ ਨੇ ਅਸੀਂ ਪੂਰੇ ਜਸ਼ਨ ਦੇ ਨਾਲ ਦੜਬੇ ਦੇ ਵਿੱਚ ਅਸੀਂ ਮਨਾਵਾਂਗੇ। ਸੋ ਇਹ ਅਪੀਲ ਹੈ ਜਿਹੜੀ ਮੇਰੀ ਇਹ ਸਾਰੀ ਮੋਦੀ ਸਰਕਾਰ ਨੂੰ ਦੁਬਾਰਾ ਫਿਰ ਮੈਂ ਕਹਿੰਦਾ ਕਿ ਨਹੀਂ ਤਾਂ ਆਪਣਾ ਬਿੱਲ ਵਾਪਸ ਲੈ ਲਓ, ਵਧੀਆ ਰਹੋਗੇ, ਨਹੀਂ ਤੁਹਾਡਾ ਉਹ ਹਾਲਾਤ ਹੋਣਗੇ ਜੋ ਤੁਸੀਂ ਕਦੇ ਸੋਚੇ ਵੀ ਨਹੀਂ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੜੇ ਦੁੱਖ ਦੀ ਘੜੀ ਦੇ ਵਿੱਚ ਦੀ ਲੰਘ ਰਹੇ ਹਾਂ ਕਿਸਾਨ ਅਤੇ ਮਜ਼ਦੂਰ, ਕਿਉਂਕਿ ਕਿਸਾਨ ਦਾ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ, ਪਰ ਅੱਜ ਸਾਡਾ ਰਿਸ਼ਤੇ ਨੂੰ ਮੋਦੀ ਤੋੜਨ ਵਾਸਤੇ ਬੜੇ ਯਤਨ ਕਰ ਰਿਹਾ, ਪਰ ਉਹਦੇ ਯਤਨਾਂ ਨੂੰ ਅਸੀਂ ਨਹੀਂ ਚੱਲਣ ਦੇਵਾਂਗੇ। ਸਾਡੇ ਨਾਲ ਗੁਰੂ ਪੀਰਾਂ ਦੀ ਧਰਤੀ ਪੰਜਾਬ ਦੀ, ਜਿੱਥੇ ਸਾਡੇ ਸਤਿਗੁਰਾਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕਰਤੀਆਂ, ਉਹਨਾਂ ਦੀ ਮਹਾਨ ਕਿਰਪਾ ਦਾ ਸਦਕਾ ਅਸੀਂ ਜੰਗ ਜਿੱਤਾਂਗੇ। ਅਤੇ ਸਭ ਨੂੰ ਇਹੀ ਬੇਨਤੀ ਆ ਵੀ ਇਸ ਮੋਦੀ ਦਾ ਬੋਧਾ ਫਿਰ ਹੀ ਮੁੱਲਿਆ ਜਾਣਾ ਜੇ ਆਪਾਂ ਸਤਿਗੁਰਾਂ ਦੇ ਅੱਗੇ ਅਰਦਾਸ ਕਰੀਏ ਸਾਰੇ ਜੁੜ ਕੇ, ਬਾਬਾ ਜੀਵਨ ਸਿੰਘ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਸਾਡੇ ਨਾਲ, ਸਰਦਾਰ ਵਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਬਾਲਮੀਕ ਸਭਾ ਦੇ ਅਤੇ ਹੋਰ ਉਹਨਾਂ ਦੇ ਨਾਲ ਹਰਚਰਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਾਡੇ ਚੇਅਰਮੈਨ ਸਾਹਿਬ ਗੁਰਜੀਤ ਸਿੰਘ ਜੀ ਚੌਹਾਨ ਸਾਹਿਬ ਅਤੇ ਹੋਰ ਠੇਕੇਦਾਰ ਸੱਤੀ ਸਿੰਘ ਜੀ, ਸਰਦਾਰ ਮੱਘਰ ਸਿੰਘ ਜੀ ਪ੍ਰਧਾਨ ਸਾਹਿਬ, ਕਿਉਂਕਿ ਸਾਰੇ ਵਿੱਚ ਕਿਸਾਨ ਖੜ੍ਹਿਆ, ਵਿੱਚ ਮਜ਼ਦੂਰ ਖੜ੍ਹਿਆ, ਅਸੀਂ ਸਾਡਾ ਰਿਸ਼ਤਾ ਇੱਕ ਆ। ਅਸੀਂ ਦਿੜਬੇ ਹਲਕੇ ਵੱਲੋਂ ਅਤੇ ਸੰਤ ਸਮਾਜ ਵੱਲੋਂ ਸੰਤ ਬਾਬਾ ਰਾਮਦਾਸ ਜੀ ਦੇ ਰਾਮਪਾਲ ਜੀ ਦੀ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਬੜੇ ਦੁੱਖ ਨੂੰ ਅਸੀਂ ਕਹਿ ਨਹੀਂ ਸਕਦੇ, ਬੜਾ ਦੁੱਖ ਆ ਸਾਨੂੰ।
जिन्हां ने आपकी आत्म हत्या आप ही कर ली है संघर्ष नूं देखदे ना हुंदे होए। असीं बेनती करदे हां 15 तरीक वाले दिन सारे नगर नूं ते सारे इलाके की संगत नूं भी आपां भाईचारा जिहड़ा अपना भाईचारे का कट्ठ दिखाईए आपां ने सारी मंडी विच दी ते सारे किते गेड़ा लाउंदे होए प्रकाश कराउण सार 17 तरीक वाले दिन भोगदे समय ते आपां अहिजा हड़ लिया दी दिड़बे दे विच पता लग जाए मोदी नूं भी लोग उठ खड़े पता तो लग ही गया उन्हों जान बचाउणी औखी हो रही है पर गुरु प्यारियो आपां ने शहीदां दी याद नूं समर्पित सारे ने इकट्ठे होकर संगतां नूं लंगर पानी छकाईए ते सतगुरां अगे बेनती करिए भी सच्चे पातशाह जिवें तू भगाणी दे जंग जित के खुशी लैके आया सी इह भी जंग तेरे ही आ तू आपे जितौणा आपे करन हार सब कुछ आपे करन जाणदा सच्चे पातशाह इस नौ मस्ते नूं नौ दे जिहड़ा रिश्ता बणिया होया साडा गरीब ते किसान दा ओह जुड़िया रहे उन्हों तोड़ दी कोशिशां बहुत कर रहे ने सानू जिथों पता लग्या बड़े कोशिशां कर रहे ने मोदी ने कुछियां चालां चला रखियां ने बंदे छड रखे ने भी थोड़े असीं हां थोड़े ये नहीं बनते।